ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਕਮੈਂਟ ਆਉਂਦੇ ਸੀ ਜੀ ਚੀਜ਼ ਦੇ ਜਿਹੜੇ ਸਨੈਕਸ ਬਣਾ ਕੇ ਦੱਸੋ ਇਹ ਆਲੂ ਆ ਜੀ ਆਪਾਂ 4-5 ਆਲੂ ਜਿਹੜੇ ਅਵਾਲ ਲੈ 5 ਆਲੂ ਸੀ ਉਵਾਲ ਕੇ ਛਿੱਲ ਲੈ ਛਿੱਲ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਮੈਸ਼ ਕਰਨਾ ਇਹਨਾਂ ਵਿੱਚ ਮੋਟਾ ਪੀਸ ਕੋਈ ਰਹਿਣਾ ਨਹੀਂ ਚਾਹੀਦਾ ਬਿਲਕੁਲ ਬਰੀਕ ਮੈਸ਼ ਕਰਨਾ ਇਹਨਾਂ ਨੂੰ ਤੇ ਦੇਖੋ ਜੀ ਆਪਾਂ ਆਲੂ ਜਿਹੜੇ ਮੈਸ਼ ਕਰ ਲਏ ਇਹਦੇ ਵਿੱਚ ਹੁਣ ਥੋੜੇ ਮਸਾਲੇ ਪਾਨੇ ਆਪਾਂ ਚਾਟ ਮਸਾਲਾ ਧਨੀਆ ਪਾਊਡਰ ਜੀਰਾ ਪਾਊਡਰ ਨਮਕ ਹਰਾ ਧਨੀਆ ਤੇ ਕਾਰਨ ਫਲੋਰ ਇਹ ਆਪਣਾ ਚੀਜ਼ ਆ ਜੀ ਸੌਰੀ ਚੀਜ਼ ਮੈਂ ਕਦੂਕਸ ਕਰਕੇ ਰੱਖਿਆ ਸੀ ਪਹਿਲੇ ਮੇਰੇ ਕੋ ਬਚਿਆ ਸੀ ਉਹ ਪਾ ਲਿਆ ਇਹ ਕਾਰਨ ਫਲੋਰ ਆ ਜੀ ਇਹਦੇ ਆਪਾਂ 3 ਚਮਚ ਪਹਿਲਾਂ ਪਾਣੇ ਆ ਜਰੂਰਤ ਲੱਗੀ ਤਾਂ ਆਪਾਂ ਹੋਰ ਪਾ ਲਵਾਂਗੇ 3 ਚਮਚ ਇਹਦੇ ਮੈਂ ਪਹਿਲਾਂ ਪਾ ਲਏ ਆ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਸਾਰੀਆਂ ਚੀਜ਼ਾਂ ਜਿਹੜੀਆਂ ਇਹਨ ਮਿਕਸ ਹੋ ਜਾਣ ਤੇ ਚੀਜ਼ ਮੇਰੇ ਕੋਲ ਪਹਿਲੇ ਬਚਿਆ ਸੀ ਮੈਂ ਕਦੋਂ ਕਸ ਕੀਤਾ ਸੀਗਾ ਤੇ ਜ਼ਿਆਦਾ ਸੀ ਉਹ ਮੈਂ ਰੱਖਿਆ ਸੀ ਉਹ ਆਪਾਂ ਪਾ ਦਿੱਤਾ ਤੁਹਾਡੇ ਕਮੈਂਟ ਕਈ ਵਾਰ ਮੈਨੂੰ ਆਏ ਆ ਚੀਜ਼ ਵਾਲੇ ਤੁਸੀਂ ਦੱਸੋ ਸਨੈਕਸ ਤੇ ਦੋ ਚਮਚ ਆਪਾਂ ਹੋਰ ਪਾ ਲੈ ਜੀ ਥੋੜੇ ਲੂਸ ਸਗੇ ਆਲੂ ਜਿਹੜੇ ਆਪਣੇ ਤੇ ਦੋ ਚਮਚ ਹੋਰ ਪਾ ਕੇ ਮਿਕਸ ਕਰ ਲੈਨੇ ਸਵਾਰ ਕੇ ਇਹ ਹੁਣ ਆਪਾਂ ਮੈਨੂੰ ਮਿਰਚ ਦਾ ਜਾਦ ਭੁੱਲ ਗਿਆ ਤੇ ਥੋੜੀ ਮਿਰਚ ਪਾਣੀ ਆਪਾਂ ਇਹਦੇ ਵਿੱਚ ਦੇਖੋ ਲਾਲ ਮਿਰਚ ਜਿਹੜੀ ਥੋੜੀ ਜਿਹੀ ਪਾ ਕੇ ਤੇ ਇਹਨੂੰ ਫਿਰ ਆਪਾਂ ਹਰੀ ਵੀ ਨਹੀਂ ਮਿਰਚ ਪਾਈ ਇਸ ਕਰਕੇ ਆਪਾਂ ਥੋੜੀ ਜਿਹੀ ਲਾਲ ਮਿਰਚ ਪਾ ਲਈ ਆ ਫਿਰ ਇਹਨੂੰ ਐਨ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਤੇ ਮਿਕਸ ਕਰਕੇ ਆਪਾਂ ਹੱਥਾਂ ਨੂੰ ਸਾਫ਼ ਕਰ ਲਿਆ ਸੀ ਇਹਦਾ ਪੇੜਾ ਵੱਡਾ ਸਰ ਬਣਾ ਲੈਣੇ ਆ ਤੇ ਚੱਕਲੇ ਦੇ ਉੱਤੇ ਨੇ ਵੇਲ ਨਹੀਂ ਹੋਣਾ ਤੇ ਇਸ ਕਰਕੇ ਆਪਾਂ ਸੈਲਫ ਨੂੰ ਹੀ ਸਾਫ਼ ਕਰ ਲਿਆ ਸਾਫ਼ ਕਰਕੇ ਮੜਾ ਜਾ ਤੇਲ ਲਾ ਲੈਣੇ ਆ ਤੇ ਲਾ ਕੇ ਆਪਾਂ ਸੈਲਫ ਦੇ ਉੱਤੇ ਇਹਨੂੰ ਹੱਥ ਦੇ ਨਾਲ ਜਿਹੜਾ ਵਧਾ ਲੈਣਾ ਹੈ ਕਿਉਂਕਿ ਆਪਾਂ ਇਹਨੂੰ ਸੁੱਕਾ ਆਟਾ ਨਹੀਂ ਕੋਈ ਵੀ ਲਾਏ ਆ ਇਸ ਕਰਕੇ ਆਪਾਂ ਇਹਨੂੰ ਹੱਥ ਦੇ ਨਾਲ ਹੀ ਵਧਾ ਲੈਣਾ ਇਦਾਂ ਤੇ ਦੇਖੋ ਬਹੁਤ ਮੇਰਾ ਬਿਲਕੁਲ ਸਿੰਪਲ ਸੌਖਾ ਤਰੀਕਾ ਹੁੰਦਾ ਜੀ ਵੀਡੀਓ ਬਣਾਉਣ ਦਾ ਤੁਹਾਡੇ ਕਮੈਂਟ ਕਈ ਵਾਰ ਹੀ ਆਏ ਸੀ ਚੀਜ਼ ਵਾਲੇ ਸਨੈਕਸ ਬਣਾਉਣ ਦੇ ਇਸ ਕਰਕੇ ਅੱਜ ਮੈਂ ਫੇ ਚੀਜ਼ ਦੇ ਸਨੈਕਸ ਜਿਹੜੇ ਉਹ ਬਣਾਉਣ ਲੱਗੀ ਬਸ ਆਲੂ ਪਾਇਆ ਚੀਜ਼ ਪਾਇਆ ਧਨੀਆ ਪਾਇਆ ਤੇ ਥੋੜੇ ਮਸਾਲੇ ਪਾਏ ਆ ਕੌਰਨ ਫਲੋਰ ਪਾਇਆ ਤੇ ਦੇਖੋ ਆਪਾਂ ਸਾਈਡਾਂ ਤੋਂ ਜਿਹੜਾ ਆ ਉਹਨੂੰ ਲਾਹ ਦਿੱਤਾ ਲਾ ਕੇ ਇਹਨੂੰ ਵੀ ਵੇਸਟ ਨਹੀਂ ਕਰਨਾ ਇਹਨੂੰ ਆਪਾਂ ਰੱਖ ਲੈਣਾ ਹੈ ਚੱਕ ਕੇ ਤੇ ਇਹਦਾ ਵੀ ਆਪਾਂ ਬਾਅਦ ਚ ਬਣਾਨੇ ਆ ਤੇ ਦੇਖੋ ਇਹਨੂੰ ਚੌਰਸ ਆਪਾਂ ਪੀਸ ਕੱਢ ਲਿਆ ਤੇ ਚਾਕੂ ਨੂੰ ਆਪਾਂ ਕਰਦ ਨੂੰ ਸਾਫ਼ ਕਰ ਲਿਆ ਸੀ ਸਾਫ਼ ਕਰਕੇ ਤੇਲ ਲਾ ਲਿਆ ਫਿਰ ਮੜ ਜਾ ਹੁਣ ਇਹਨੂੰ ਪਹਿਲਾਂ ਲੰਬਾਈ ਦੇ ਵਿੱਚ ਐਦਾਂ ਆਪਾਂ ਕੱਟ ਲੈਣੇ ਆ ਫਿਰ ਇਹਨੂੰ ਗੱਭੇਓ ਕੱਟ ਦੇ ਕੇ ਛੋਟੇ ਪੀਸ ਕਰ ਲੈਣੇ ਆ ਜਿਆਦਾ ਲੰਬੇ ਰੱਖਾਂਗੇ ਤਾਂ ਚੱਕਣ ਵਿੱਚ ਵੀ ਦਿੱਕਤ ਆਣੀ ਆ ਆਪਾਂ ਨੂੰ ਤੇ ਦੇਖੋ ਆਪਾਂ ਪਹਿਲਾਂ ਲੰਬਾ ਲੰਬੇ ਕੱਟੇ ਸੀ ਫਿਰ ਵਿਚਾਲਿਓ ਕੱਟ ਲਏ ਆ ਤੇ ਸਾਰੇ ਪੀਸ ਆਪਾਂ ਤਿਆਰ ਕਰ ਲਏ ਇਹਦੇ ਜਿਹੜਾ ਆਪਣੇ ਕੋ ਬਚਿਆ ਸੀ ਮਟੀਰੀਅਲ ਉਹ ਆਪਾਂ ਅਲੱਗ ਰੱਖ ਲਿਆ ਆ ਤੇਲ ਮੈਂ ਪਹਿਲੇ ਗਰਮ ਰੱਖਿਆ ਸੀ ਤੇ ਇਹਦੇ ਵਿੱਚ ਉਨੇ ਹੀ ਪੀਸ ਪਾਉਣੇ ਆ ਜਿੰਨੇ ਪੀਸ ਇਹਦੇ ਵਿੱਚ ਆਰਾਮ ਨਾਲ ਆ ਜਾਣ ਇੱਕ ਦੂਜੇ ਨਾਲ ਜੁੜਨੇ ਨਹੀਂ ਚਾਹੀਦੇ ਜੇ ਇਹ ਇੱਕ ਦੂਜੇ ਨਾਲ ਚਿੰਬੜਣਗੇ ਤੇ ਫਿਰ ਇਹ ਖਰਾਬ ਹੋ ਜੂਗੇ ਪੀਸ ਆਪਣੇ ਤੇ ਇਹਨਾਂ ਨੂੰ ਜਦੋਂ ਤੱਕ ਚੰਗੀ ਤਰ੍ਹਾਂ ਥੱਲੇੋਂ ਲਾਲ ਨਹੀਂ ਹੁੰਦੇ ਇਹਨਾਂ ਨੂੰ ਉਂੀ ਦੇ ਟੱਚ ਨਹੀਂ ਕਰਨਾ ਦੇਖੋ ਲਾਲ ਹੋ ਗਿਆ ਕਪਾਸਾ ਤੇ ਇਹਨਾਂ ਨੂੰ ਆਪਾਂ ਟੱਚ ਕਰ ਲੈਣੇ ਆ ਕਿਉਂਕਿ ਇਹਦੇ ਵਿੱਚ ਆਪਾਂ ਚੀਜ਼ ਪਾਏ ਇਸ ਕਰਕੇ ਥੋੜਾ ਜਿਹਾ ਧਿਆਨ ਨਾ ਇਹਨਾਂ ਨੂੰ ਪਲਟਣਾ ਪੈਣਾ ਹੈ ਤੇਲ ਥੋੜੇ ਜਿਹਾ ਆਪਣਾ ਜ਼ਿਆਦਾ ਗਰਮ ਹੋ ਗਿਆ ਸੀ ਕਰਕੇ ਮੜੇ ਜੇ ਲਾਲ ਹੋ ਗਏ ਇਹ ਤੇ ਪਹਿਲੇ ਜਿਹੜੇ ਆਪਾਂ ਪਾਏ ਸੀ ਚਾਰੇ ਪੀਸ ਉਹ ਆਪਣੇ ਤਿਆਰ ਹੋ ਗਏ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਤੇ ਹੁਣ ਆਪਾਂ ਬਾਕੀ ਦੇ ਪੀਸ ਪਾ ਦਨੇ ਆ ਜੇ ਆਪਾਂ ਪੂਰੀ ਵੀਡੀਓ ਦਿਖਾਈਏ ਵੀਡੀਓ ਲੰਬੀ ਬਹੁਤ ਹੋ ਜਾਂਦੀ ਹੈ ਇਸ ਕਰਕੇ ਛੋਟੀ ਛੋਟੀ ਆਪਾਂ ਥੋੜੀ ਥੋੜੀ ਵੀਡੀਓ ਦਿਖਾਉਨੇ ਆ ਤੇ ਉਹ ਉਧਰ ਆਪਾਂ ਜਿਹੜੇ ਬਣਦੇ ਆ ਤੇ ਜਿਹੜਾ ਆਪਣੇ ਕੋ ਮਟੀਰੀਅਲ ਬਚਿਆ ਸੀ ਜੇਕਰ ਤੁਹਾਡੇ ਕੋਲ ਲੰਬਾਈ ਵਿੱਚ ਨਹੀਂ ਬਣਦੇ ਉਹਦੇ ਆਪਾਂ ਗੋਲ ਪੇੜੇ ਲੈ ਲੈ ਛੋਟੇ ਛੋਟੇ ਇਹਨੂੰ ਮਾੜੀ ਜੀ ਹੱਥ ਨਾਲ ਟਿੱਕੀ ਦੀ ਸ਼ੇਪ ਦੇ ਦੇਣੇ ਜ਼ਿਆਦਾ ਪਤਲੇ ਨਹੀਂ ਕਰਨੇ ਜੇ ਆਪਾਂ ਜ਼ਿਆਦਾ ਪਤਲੇ ਕਰਾਂਗੇ ਤੇ ਇਹ ਫਿਰ ਬਾਅਦ ਚ ਖਰਾਬ ਹੋ ਜੂਗੇ ਖਿੱਲਰ ਜਊਗੇ ਤੇ ਤੇਲ ਆਪਣਾ ਉਹੀ ਆ ਜੀ ਦੇਖੋ ਆਪਾਂ ਤੇਲ ਦੇ ਵਿੱਚ ਜਿੰਨੇ ਪੀਸ ਪੈਂਦੇ ਉਹਨੇ ਆਪਾਂ ਪਾ ਦਿੱਤੇ ਆ ਇੱਕ ਪਾਸੇ ਸੇਕ ਲੱਗ ਗਿਆ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਪਲਟ ਦੰਨੇ ਆ ਜਿਆਦਾ ਨਹੀਂ ਟੱਚ ਕਰਨਾ ਇਹਨਾਂ ਨੂੰ ਬਹੁਤ ਜਲਦੀ ਇਹ ਟੁੱਟ ਜਾਂਦੇ ਆ ਤੇ ਦੇਖੋ ਜੀ ਆਪਣੇ ਇਹ ਵੀ ਜਿਹੜੇ ਗੋਲ ਪੀਸ ਆਪਾਂ ਬਣਾਏ ਆ ਸਨੈਕਸ ਬਣਾਏ ਆ ਆਲੂ ਤੇ ਚੀਜ਼ ਦੇ ਤਿਆਰ ਹੋ ਗਏ ਆ ਤੇ ਇਹਨਾਂ ਨੂੰ ਆਪਾਂ ਵੀ ਕੱਢ ਲਿਆ ਦੇਖੋ ਬਹੁਤ ਸੌਖੇ ਤਰੀਕੇ ਦੇ ਨਾਲ ਮੈਂ ਵੀਡੀਓ ਬਣਾਈ ਆ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਦਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਹੈ ਮੇਰਾ ਬਿਲਕੁਲ ਸਿੰਪਲ ਤਰੀਕਾ ਹੁੰਦਾ ਜੀ ਵੀਡੀਓ ਬਣਾਉਣ ਦਾ ਛੋਟੀ ਰੱਖਣ ਦਾ ਵੀਡੀਓ ਬਿਲਕੁਲ ਛੋਟੀ ਰੱਖਦੀ ਹਿੰਦੀ ਮੈਂ ਦੇਖੋ ਜੀ ਮੈਂ ਤੋੜ ਕੇ ਵੀ ਦਿਖਾ ਦਿੱਤੇ ਬਹੁਤ ਵਧੀਆ ਆਪਣੇ ਸਨੈਕਸ ਬਣ ਕੇ ਤਿਆਰ ਹੋ ਗਏ ਆ ਆਲੂ ਚੀਜ਼ ਦੇ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ